ਅੱਜਕੱਲ ਦੇ ਮੁੰਡੇ ਬਾਂਦਾ ਨੂੰ ਨਹੀਂ ਸਮਝਦੇ, ਕਹਿੰਦੇ ਖਬਰੇ ਕੀ ਕਹਿੰਦੇ ਆ। ਮੈਂ ਇੱਥੇ ਕਹਿਤਾ ਬਾਂਦਾ, ਅਸੀਂ ਕਹਿੰਦੇ ਕਬੀਲਾ ਫੈਮਿਲੀ ਜੋ ਅੱਜ ਚੱਲ ਰਹੀ ਆ। ਚੜਿਆ ਮਿਰਜ਼ਾ ਨਿਜ਼ਾਮਦੀਨ ਜਦੋਂ ਔਰਤਾਂ ਨੇ ਤੇਗਾਂ ਪਾਈਆਂ, ਭਾਰਤੀ ਨਸ਼ੇ ਦੀਆਂ ਬੋਤਲਾਂ ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ, ਚੜ੍ਹ ਗਿਆ ਦਾਰੂ ਹਾਥੀਆਂ ਮਾਨ ਚੀਕਾਂ ਦੇਣ, ਦਵਾਈਆਂ ਮੱਥਿਆਂ ਨੂੰ ਤਵੀਆਂ ਬੰਨੀਆਂ, ਟੱਕਰਾਂ ਨਾਲ ਦਰਵਾਸੀਆਂ ਲਾਈਆਂ, ਆ ਫੜੀਆਂ ਤੁਲੇ ਦੀਆਂ ਰਾਣੀਆਂ, ਗੱਲਾਂ ਕਰਦੇ ਜੋ ਮਨਾਈਆਂ, ਤੂੰ ਕੇ ਮਹੱਲਾਂ ਚੋਂ ਬਾਹਰ ਕੱਢੀਆਂ, ਜਿਉਂ ਕੁੰਜਾਂ ਮਰਗਾਈਆਂ, ਬੰਨ ਕੇ ਕਤਾਰਾਂ ਤੋਰੀਆਂ, ਮੂਹਰੇ ਨੰਨ ਦਾ ਮਗਰ ਪਰਜਾਈਆਂ, ਮਿਸਿਆਂ ਚੂੜੀਆਂ ਵਾਲੀਆਂ ਖੜੀਆਂ ਰੋ ਰੋ ਦੇਣ ਦੁਹਾਈਆਂ ਨੀ ਲੱਦੀਏ। ਅੱਜ ਕਿਹੜੇ ਪੁੱਤਰ ਨੂੰ ਖੜੀ ਅੜੀਕਦੀ, ਜਿਹਨੇ ਸੁਨੀਆਂ ਲਗਾਂ ਟਪਾਈਆਂ, ਜ਼ੋਰਾ ਜ਼ਾਰੀ ਕਰਕੇ ਚੱਕ ਅਹੁਦਿਆਂ ਵਿੱਚ ਬਿਠਾਈਆਂ, 11 ਬਾਂਦਾ ਦੁੱਲੇ ਦੀਆਂ ਬੰਨ ਕੇ ਤੇ ਰਸਤੇ ਲਾਹੌਰ ਦੇ ਪਾਈਆਂ। ਇਹ ਵੀ ਗੱਲ ਜਨਾਬ ਉਸ ਦੌਰ 'ਚ ਸੀਗੀ ਕਿਹੜੀ, ਬਾਦਸ਼ਾਹਾਂ ਕੋਲ ਬੱਸਾਂ ਕਾਰਾਂ ਕੋਈ ਨਹੀਂ ਸੀ ਹੁੰਦੀਆਂ। ਐਸਾ ਜ਼ਮਾਨਾ ਸੀਗਾ ਬਾਦਸ਼ਾਹ ਕੋਲ ਬੱਸਾਂ ਕਾਰਾਂ ਕੋਈ ਨਹੀਂ ਸੀਆਂ, ਹਵਾਈ ਜਹਾਜ਼ ਨਹੀਂ ਸੀ ਹੁੰਦੇ। ਤਾਂ ਜੇ ਉਹਨਾਂ ਕੋਲ ਬੱਸਾਂ ਫੌਜਾਂ ਕੋਲ ਹੁੰਦੀਆਂ, ਪਿੰਡੀ ਭੱਠੀਆਂ ਦਾ ਤੇ ਲਾਹੌਰ ਦਾ ਐਵੇਂ ਘੰਟੇ ਡੇਢ ਘੰਟੇ ਦਾ ਹੀ ਫਰਕ ਸੀਗਾ। ਉਹਨਾਂ ਨੇ ਇੱਕ ਮਿੰਟ 'ਚ ਡਾ ਬਣਨਾ ਸੀ। ਹੁੰਦਾ ਬਾਦਸ਼ਾਹ ਕੋਲ ਕੀ ਸੀਗਾ, ਘੋੜੇ ਖੱਚਰਾਂ ਤੇ ਹਾਥੀ, ਇਹਨਾਂ ਤੇ ਸਫ਼ਰ ਕਰਦੇ ਸੀ। ਲਓ ਜੀ ਦੁੱਲੇ ਦਾ ਸਾਰਾ ਟੱਬਰ ਬੰਨ ਕੇ ਇਸ ਤਰ੍ਹਾਂ ਪਿੰਡ ਤੋਂ ਬਾਹਰ ਜਦੋਂ ਇਸ ਜਗ੍ਹਾ ਤੇ ਆਏ, ਇੱਕ ਦੁੱਲੇ ਦਾ ਧਰਮ ਦਾ ਭਾਈ ਬਣਿਆ ਸੀਗਾ। ਉਸੇ ਵੇਲੇ ਜੱਟ ਬਰਾਦਰੀ ਦੁੱਲੇ ਦਾ ਧਰਮ ਦਾ ਭਾਈ ਬਣਿਆ ਸੀ। ਦੁੱਲੇ ਦਾ ਟੱਬਰ ਬੱਧਾ ਦੇਖ ਕੇ ਕੂਕਾਂ ਤੇ ਨਾਰੇ ਮਾਰਦਾ, ਲੱਦੀ ਮਾਂ ਦੇ ਧਿਆਨ ਪੈ ਗਿਆ। ਜਦੋਂ ਰੋਸ ਉਸੇ ਵੇਲੇ ਰੋਂਦੇ ਨੂੰ ਦੇਖਿਆ, ਲੱਦੀ ਨੇ ਮਾਰ ਦਿੱਤਾ, ਬੇ ਪੁੱਤਰ ਢਹਿ ਗਿਆ ਚੌਕ ਚਬੂਤਰੇ। ਅੱਜ ਹੋ ਗਿਆ ਸਫਲ ਸਫਾ, ਅੱਜ ਨੰਬਰਦਾਰੀ ਉਹ ਕਰਨਗੇ ਕੌਣ ਜਿਹੜੇ ਸਾਡੇ ਘੋੜਿਆਂ ਨੂੰ ਖੋਤਣ ਕਾ। ਮੈਂ ਸੋਨਾ ਪਾ ਨਹੀਂ ਦੇਖਿਆ, ਲੈ ਗੱਲ ਵਿੱਚ ਸੰਗਲ ਪਾ, ਤੂੰ ਕਹਿੰਦੀ ਮੇਰੀ ਪੋਸਤੀ ਨੂੰ ਸਾਨੂੰ ਲਵੇ ਛਾ, ਕਹਿੰਦੀ ਮੈਂ ਦੁੱਲੇ ਦਾ ਤਾਂ ਬੇੜਾ ਬਹਿ ਗਿਆ, ਜਾਂ ਪੋਸਤੀ ਨੂੰ ਜਾ ਕੇ ਦੱਸ। ਉਹ ਬੰਦਾ ਭੱਜਾ ਭੱਜਾ ਆਇਆ ਤਾਂ ਮੇਰੀ ਪੋਸਤੀ ਉੱਥੇ ਹੀ ਉਸੇ ਡੇਰੇ 'ਚ। ਉਹ ਕਹਿੰਦਾ ਮਰ ਜਾਓ ਕੁਛ ਡੁੱਬ ਕੇ, ਮਰ ਜਾਓ ਖਾ ਕੇ, ਔਰ ਧੀਆਂ ਭੈਣਾਂ ਬੰਨ ਲਈਆਂ ਤੁਹਾਡੀਆਂ, ਉੱਠਿਆ ਮੇਰੀ ਪੋਸਤੀ ਕਰਕੇ ਯਾਦ ਖੁਦਾ। ਜਨਾਬ ਜੰਗ ਨਹੀਂ ਕਰ ਰਹੀ, ਸੁਥਰਿਆਂ ਦੇ ਡੇਰੇ ਆ ਗਿਆ। ਤੁਹਾਨੂੰ ਤਾਂ ਪਤਾ ਹੀ ਆ, ਮੈਂ ਸਾਥ ਤੋਂ ਪੁੱਛਿਆ ਵੀ ਸੁਥਰਾ ਮਜ਼ਬ ਕਿਹੜਾ ਸੀਗਾ, ਇੱਥੋਂ ਤੋਂ ਲਾ ਕੇ ਇੱਥੇ।